ਅੰਮ੍ਰਿਤਸਰ ਪਠਾਨਕੋਟ ਹਾਈਵੇ ਤੇ ਗੁਰਦਾਸਪੁਰ ਰੇਲਵੇ ਫਾਟਕ ਤੇ ਇੱਕ ਨਿੱਜੀ ਕੰਪਨੀ ਦੀ ਬੱਸ ਨੇ 3 ਮੋਟਰਸਾਈਕਲ ਸਵਾਰਾਂ ਨੂੰ ਕੁਚਲ ਦਿੱਤਾ ਹੈ। ਮੋਟਰਸਾਈਕਲ ਤੇ ਸਵਾਰ 3 ਲੋਕ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਭਰਤੀ ਕਰਵਾ ਦਿੱਤਾ ਗਿਆ। ਉਧਰ ਭੜਕੀ ਹੋਈ ਭੀੜ ਨੇ ਬੱਸ ਦੀ ਤੋੜਫੋੜ ਕਰ ਦਿੱਤੀ ਹੈ। ਬੱਸ ਚਾਲਕ ਵੱਲੋਂ ਮੌਕੇ ਤੋਂ ਫਰਾਰ ਹੋ ਕੇ ਭੜਕੀ ਹੋਈ ਭੀੜ ਤੋਂ ਆਪਣੀ ਜਾਨ ਬਚਾਈ ਹੈ। ਉਧਰ ਰੇਲਵੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਬੱਸ ਆਪਣੇ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਬੱਸ ਦੀ ਭਰਾ ਚੜ੍ਹਾ ਦਿੱਤੀ ਸਾਡੇ ਤੇ ਜਿਹਦੇ ਖਿਲਾਰਨ ਡੇ ਮੋਟਰਸਾਈਕਲ ਫਾਟਕ ਬੰਦ ਸੀਗਾ ਅਤੇ ਬੱਸ ਸਾਡੇ ਉੱਤੇ ਚੁਰੀ ਆਈ ਹੈ। ਇੱਕ ਸਾਈਡ ਨੂੰ ਡੇਗ ਕੇ ਮੈਂ ਬੱਸ ਦੇ ਥੱਲੇ ਵੱਗ ਗਈ। ਹਾਏ ਮੇਰੇ ਕੋਲ ਬੋਲਿਆ ਨਹੀਂ ਜਾਂਦਾ। ਫਾਟਕ 'ਤੇ ਖੜ੍ਹੇ ਸੀ ਅਸੀਂ, ਗੱਡੀ ਆ ਰਹੀ ਸੀ, ਫਾਟਕ ਬੰਦ ਸੀ ਅਤੇ ਪਿੱਛੋਂ ਬੱਸ ਪਤਾ ਨਹੀਂ ਕਿਹੜੇ ਵੇਲੇ ਆਣ ਕੇ ਸਾਰੇ ਮੋਟਰਸਾਈਕਲ ਸਕੂਟਰਾਂ 'ਚ ਚੜ੍ਹ ਗਏ। ਇੱਕ ਸਕੂਟਰੀ ਥੱਲੇ ਆ ਗਈ, ਇੱਕ ਸਾਡਾ ਮੋਟਰਸਾਈਕਲ ਸੀ ਮੇਰੇ ਘਰ ਦੀ ਥੱਲੇ ਆ ਗਈ, ਬੱਚੇ ਮੇਰੇ ਬਚ ਗਏ, 2 ਬੱਚੇ ਨਾਲ ਸੀ, ਇੱਕ ਛੋਟਾ ਮੁੰਡਾ ਇੱਕ ਕੁੜੀ ਆ। ਅਸੀਂ ਵਿਆਹ ਤੋਂ ਹੀ ਆ ਰਹੇ ਸੀ, ਉੱਥੇ ਵੈਸੇ ਖਲੋਤੇ ਵੀ ਜਾਣਗੀਆਂ, ਗੱਡੀ ਜਾਏਗੀ ਅਤੇ ਫਿਰ ਨਿਕਲਣਾ ਸੀ ਅਗਲੇ ਬੰਨੇ। ਲੋਕਾਂ ਨੇ ਫਿਰ ਉੱਥੇ ਪਤਾ ਨਹੀਂ ਲੱਗਾ ਕਿਹੜੇ ਕਿਹੜੇ ਕਿਉਂ ਲਗਾਉਣੀ ਕਿੱਦਾਂ, ਅਸੀਂ ਉਹਨਾਂ ਸਾਰੀ ਬੱਸ ਬੰਦ ਦਿੱਤੀ। ਬੱਸ ਪ੍ਰਾਈਵੇਟ ਬੱਸ ਸੀ, ਪਤਾ ਨਹੀਂ ਕਿਹੜੀ ਕੰਪਨੀ ਦੀ ਬੱਸ ਸੀ, ਕਿਉਂਕਿ ਸਾਨੂੰ ਤਾਂ ਆਪਣਾ ਹੀ ਵਕਤ ਪੈ ਗਿਆ। ਮੈਂ ਤਾਂ ਇਹਨੂੰ ਟਾਇਰ ਦੇ ਥੱਲਿਓਂ ਕੱਢਿਆ, ਆਪਣੇ ਘਰ ਦੀ ਨੂੰ ਬੜੀ ਮੁਸ਼ਕਿਲ ਖਿੱਚ ਕੇ ਕੱਢਿਆ ਵਾ ਟਾਇਰ ਦੇ ਥੱਲਿਓਂ। ਮਾਲਕ ਦਾ ਵੀ ਚਲੋ ਜਾਨ ਬਚ ਗਈ। ਮੈਂ ਚੈਕਿੰਗ ਦੇ ਸੰਬੰਧ 'ਚ ਰੇਲਵੇ ਸਟੇਸ਼ਨ ਗੁਰਦਾਸਪੁਰ ਮੌਜੂਦ ਸੀ। ਮੈਨੂੰ ਉੱਥੇ ਇਤਲਾਹ ਮਿਲੀ ਵੀ ਇੱਕ ਬੱਸ ਨੇ ਐਕਸੀਡੈਂਟ ਕਰ ਦਿੱਤਾ ਫਾਟਕ ਦੇ ਨੇੜੇ, ਅਤੇ ਮੈਂ ਮੌਕੇ 'ਤੇ ਪਹੁੰਚਿਆ। ਬੱਸ ਨੇ ਇੱਕ ਮੋਟਰਸਾਈਕਲ ਬੁਲਟ ਅਤੇ ਇੱਕ ਐਕਟਿਵਾ ਵਹੀਕਲ ਨੂੰ ਥੱਲੇ ਲਿਆ, ਜਿਹਦੇ ਨਾਲ ਇੱਕ ਲੇਡੀਜ਼ ਅਤੇ ਇੱਕ ਜੈਂਟਸ ਜ਼ਖਮੀ ਹੋਏ ਨੇ। ਹਾਂ, ਬੱਸ ਦੇ ਸ਼ੀਸ਼ੇ ਕੁਝ ਟੁੱਟੇ ਨੇ। ਹਾਂ, ਕਾਰਵਾਈ, ਬੱਸ ਚਾਲਕ ਆ ਜਿਹੜਾ ਮੌਕੇ ਤੋਂ ਫਰਾਰ ਆ ਅਤੇ ਉਹਦੇ ਖਿਲਾਫ਼ 279-427-337 IPC ਦਾ ਮੁਕੱਦਮਾ ਦਰਜ ਕੀਤਾ ਜਾ ਰਿਹਾ। ਪ੍ਰਾਈਵੇਟ ਬੱਸ ਸੀ। ਹਾਂਜੀ ਹਾਂਜੀ। ਗੁਰਦਾਸਪੁਰ ਤੋਂ ਰਸ਼ਪਾਲ ਸਿੰਘ, ਖਬਰ ਹਰਪਲ ਇੰਡੀਆ ਲਈ।